ਫਰੈਂਡਸ ਸਾਰਿਆਂ ਲਈ ਖੁਸ਼ਖਬਰੀ ਹੈ ਜੀ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਚ ਹਰ ਸਾਲ ਭਰਤੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਹਰ ਸਾਲ ਕਾਂਸਟੇਬਲ ਦੀਆਂ 1800 ਤੇ ਸਬ ਇੰਸਪੈਕਟਰ ਦੀਆਂ 300 ਭਰਤੀਆਂ ਹੋਣਗੀਆਂ। ਭਰਤੀਆਂ ਲਈ ਟੈਸਟ ਮਈ-ਜੂਨ ਦੇ ਮਹੀਨੇ ਚ ਹੋਏਗਾ ਅਤੇ ਫਿਜ਼ੀਕਲ ਟੈਸਟ ਹੈ ਜਿਹੜਾ ਸਤੰਬਰ ਮਹੀਨੇ ਚ ਹੋਏਗਾ। ਇਸ ਤੋਂ ਇਲਾਵਾ ਪਟਵਾਰੀ ਦੀਆਂ ਖਾਲੀ ਪਈਆਂ 710 ਪੋਸਟਾਂ ਵੀ ਜਲਦ ਹੀ ਭਰੀਆਂ ਜਾਣਗੀਆਂ। ਜਿਹੜੇ ਸਾਲ ਵਿੱਚ ਭਰਤੀ ਹੋਏਗੀ ਪ੍ਰੀਖਿਆ ਉਸ ਸਾਲ ਦੇ ਵਿੱਚ ਹੀ ਲਈ ਜਾਏਗੀ ਅਤੇ ਸਾਰਾ ਗੁਸ਼ੇ ਜਿਹੜਾ ਪੂਰੇ ਦਾ ਪੂਰਾ ਕੰਪਲੀਟ ਉਸੇ ਸਾਲ ਹੀ ਕੀਤਾ ਜਾਏਗਾ ਜਿਸ ਸਾਲ ਪੋਸਟ ਆਉਣਗੀਆਂ ਉਸੇ ਸਾਲ ਹੀ ਭਰਤੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ ਹੋਰ ਸਾਰੀਆਂ ਅਪਡੇਟਸ ਲਗਾਤਾਰ ਮਿਲਦੀਆਂ ਰਹਿਣ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਜਿਨ੍ਹਾਂ ਨੇ ਆਲਰੇਡੀ ਸਬਸਕ੍ਰਾਈਬ ਕਰ ਰੱਖਿਆ ਉਹਨਾਂ ਨੂੰ ਦੁਬਾਰਾ ਕਰਨ ਦੀ ਜਰੂਰਤ ਨਹੀਂ ਜਿਹੜੇ ਰਹਿ ਗਏ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਜੀ ਟੈਕਨੀਕਲ ਵੀਡੀਓ ਲਈ ਟੈਗ ਗੁਰੂ ਚੈਨਲ ਹੈ YouTube ਤੇ ਸਰਚ ਕਰੋਗੇ ਇਨਫੋ ਪੋਰਟਲ ਗੋਮੇਟ ਜੋ ਹੋਮ ਪੇਜ ਤੇ ਟੈਗ ਗੁਰੂ ਚੈਨਲ ਮਿਲ ਜੇਗਾ Facebook ਤੇ ਦੇਖ ਰਹੇ ਹੋ ਫੋਲੋ ਕਰ ਲਓ Twitter ਤੇ ਦੇਖ ਰਹੇ ਹੋ ਫੋਲੋ ਕਰ ਲਓ Instagram ਤੇ ਦੇਖ ਰਹੇ ਹੋ ਫੋਲੋ ਕਰ ਲਓ ਸਾਰੇ ਦੇ ਸਾਰੇ ਲਿੰਕ ਫੋਲੋ ਕਰਕੇ ਰੱਖੋ ਜੀ ਤਾਕਿ ਕੋਈ ਵੀ ਅਪਡੇਟ ਜਿਹੜੀ ਮਿਸ ਨਾ ਹੋਵੇ ਇਸ ਤੋਂ ਪਹਿਲਾਂ ਵਾਲੀਆਂ ਵੀਡੀਓਜ਼ ਜਿਹੜੀਆਂ ਉਹ ਵੀ ਜਾ ਕੇ ਚੈੱਕ ਕਰ ਲਿਓ ਈਟੀਡੀ ਐਡਮਿਸ਼ਨਸ ਜਿਹੜੀਆਂ ਸੈਕੰਡ ਕਾਉਂਸਲਿੰਗ ਸ਼ੁਰੂ ਹੋ ਚੁੱਕੀ ਹੈ ਡਿਟੇਲ ਦੇ ਵਿੱਚ ਵੀਡੀਓ ਆਪਾਂ ਪਾ ਚੁੱਕੇ ਹਾਂ ਚੈੱਕ ਕਰ ਲਓ ਮਿਲਦੇ ਹਾਂ ਜੀ ਨੈਕਸਟ ਅਪਡੇਟ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਡ ਬਾਏ ਬਾਏ